इस वेले इमीग्रेशन का मसला जिहड़ा उहदा सारे इंतजार कर रहे ने कि कोई नवा ऐलान होने वाला है या नहीं। भी इस साल असी 4,65,000 जिहड़े ने उह नवे इमीग्रेंट्स जिहड़े आ उहनां नूं PR देनी हैगी। अगले साल 4,85,000, उस तों बाद जिहड़ा वा 2025 दे विच 500,000। सो जदों नंबर देखदे आ इन्नी वड्डी गिणती 'च वधाउणा, इक उहनां लई जिहड़ा पॉजिटिव है कि जदों असी गिणती वधाउने आ इहदा मतलब नंबर ऑफ पीपल जिहड़े चाहुंदे आ कैनेडा दी इमीग्रेशन लैणा उहनां दे विच वाधा हो रिहा। सो ਇਹ ਵਾਧਾ ਜਿਹੜਾ ਹੈਗਾ ਇਹ ਸ਼ੋਅ ਕਰਦਾ ਹੈਗਾ। ਇੱਕ ਪਾਸੇ ਕੈਨੇਡਾ ਦੇ ਵਿੱਚ ਨੌਕਰੀਆਂ ਦੀ ਕਮੀ ਹੈ, ਕਾਮਿਆਂ ਦੀ ਲੋੜ ਹੈ, ਹਰ ਸੈਕਟਰ ਦੇ ਵਿੱਚ ਕਾਮਿਆਂ ਦੀ ਲੋੜ ਹੈ, ਅਤੇ ਦੂਜੇ ਪਾਸੇ ਲੋਕ PR ਹੀ ਨਹੀਂ ਕੀਤੇ ਜਾ ਰਹੇ, ਫਾਈਲਾਂ ਨਹੀਂ ਚੱਕੀਆਂ ਜਾ ਰਹੀਆਂ, ਤਾਂ ਫਿਰ ਕੀ ਸਰਕਾਰ ਚਾਹੁੰਦੀ ਕੀ ਹੈ, ਚੋਗਾ ਪਾਇਆ ਕਿ ਹੋ ਜਾਂਦਾ ਸਾਰਿਆਂ? ਦੇਖੋ ਇਹ ਕਹਿਣਾ ਕਿ PR ਨਹੀਂ ਹੋ ਰਿਹਾ ਉਹ ਵੀ ਠੀਕ ਨਹੀਂ। ਇਹ ਜਿਹੜੀ ਐਕਸਪ੍ਰੈਸ ਐਂਟਰੀ ਦੋ ਸਟੀਮਸ ਹੋਣ, ਇੱਕ ਬਾਹਰਲੀ ਸਟੀਮ ਹੋਵੇ ਕਦੇ ਕਦਾਈ ਉਹ ਕੱਢ ਦਿਓ, ਕਿਉਂਕਿ ਅਸੀਂ ਇੱਕ ਪਾਸੇ ਤਾਂ ਕਹਿੰਦੇ ਜੀ ਬਾਹਰੋਂ PhD ਡਾਕਟਰਸ ਇੰਜੀਨੀਅਰਸ ਆ ਗਏ, ਦੂਸਰਾ ਫਿਰ ਉਹ ਆ ਕੇ ਬਹੁਤ ਸਾਰੇ ਕੇਸ ਐਸੇ ਦੇਖੇ ਆ ਇੱਥੇ ਆਪਣੇ ਬੱਚਿਆਂ ਨੂੰ ਛੱਡਦੇ ਨੇ, ਆਪ ਵਾਪਸ ਚਲੇ ਜਾਂਦੇ ਨੇ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆ, ਇਹ ਤੁਹਾਡਾ ਜਾਇਜ਼ ਪੁਆਇੰਟ ਆ, ਮੈਂ ਮੰਤਰੀ ਥਾਈ ਫਿਰ ਇਹ ਸੁਨੇਹਾ ਤੁਹਾਡਾ ਜਿਹੜਾ ਉਹ ਲੈ ਕੇ ਜਾਊਂ। ਬੈਕਲੋਗ ਜਿਹੜਾ ਉਹ ਕਦੋਂ ਤੱਕ ਖਤਮ ਹੋਣ ਦੀ ਉਮੀਦ? ਵੀ ਅਸੀਂ ਅੰਡਰ ਕੰਟਰੋਲ ਹੈਗਾ ਇਸ ਵੇਲੇ, ਚਾਹੇ ਉਹ ਸਪਾਊਸਲ ਕੇਸਿਸ ਲਾ ਲਓ, ਉਹਦੇ ਜਿਹੜੀ ਹੈਗੀ ਆ ਉਹ ਆਲਮੋਸਟ ਅਸੀਂ 13 ਮੰਥ ਜਿਹੜੇ ਨੇ ਉਹ ਅਸੀਂ ਛੇਤੀ ਅਚੀਵ ਕਰ ਲੈਣੇ ਆ। ਵਿਜ਼ਟਰ ਵੀਜ਼ਾ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਪਹਿਲਾਂ ਬੈਕਲੋਗ ਸੀ, ਉਹਨੂੰ ਅਸੀਂ ਜਿਹੜਾ ਹੈਗਾ ਇਸ ਵੇਲੇ 2 ਹਫ਼ਤੇ ਦੇ ਵਿੱਚ ਜੋ ਜਵਾਬ ਆਉਣਾ ਸ਼ੁਰੂ ਹੋ ਗਿਆ। ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਨਵੀਂ ਤਬਦੀਲੀ ਕੋਈ ਆ ਰਹੀ ਹੈ ਜਾਂ ਨਹੀਂ? ਵਰਕ ਜਿਹੜੇ ਪਰਮਿਟ ਵਾਲੇ ਲੋਕ ਨੇ ਉਹਨਾਂ ਦੇ ਸੈਕਟਰ ਦੇ ਵਿੱਚ ਕੀ ਚੱਲ ਰਿਹਾ, ਕੀ ਅੱਗੇ ਬੈਕਲੋਗ ਜਲਦੀ ਕੰਪਲੀਟ ਹੋਣ ਵਾਲਾ? ਇਹਨਾਂ ਤਮਾਮ ਸਵਾਲਾਂ ਦੇ ਉੱਤੇ ਜਵਾਬ ਦੇਣ ਦੇ ਲਈ ਸਾਡੇ ਨਾਲ MP ਸੁੱਖ ਧਾਲੀਵਾਲ ਜੀ ਜੁੜੇ ਹੋਏ ਨੇ। ਸੁੱਖ ਧਾਲੀਵਾਲ ਜੀ, ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਉਹਦਾ ਸਾਰੇ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਨਵਾਂ ਐਲਾਨ ਹੋਣ ਵਾਲਾ ਹੈ ਜਾਂ ਨਹੀਂ, ਕੀ ਕੋਈ ਤਸੱਲੀ ਬਖਸ਼ ਆਉਣ ਵਾਲੀ ਹੈ ਖਬਰ, ਕੋਈ ਇੰਤਜ਼ਾਰ, ਕੋਈ ਘੜੀਆਂ ਖਤਮ ਹੋ ਰਹੀਆਂ ਨੇ ਜਾਂ ਨਹੀਂ? ਜਿਹੜੀ ਤਸੱਲੀ ਖਬਰ ਦੀ ਗੱਲ ਕਰਦੇ ਹਾਂ ਉਹ ਤਾਂ ਆਲਰੇਡੀ ਅਸੀਂ ਜਿਹੜਾ ਉਹ ਜਿਹੜਾ ਸੀ ਐਲਾਨ ਕਰ ਦਿੱਤਾ ਵੀ ਇਸ ਸਾਲ ਅਸੀਂ 4,65,000 ਜਿਹੜੇ ਨੇ ਉਹ ਨਵੇਂ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ PR ਦੇਣੀ ਹੈਗੀ। ਅਗਲੇ ਸਾਲ 4,85,000, ਉਸ ਤੋਂ ਬਾਅਦ ਜਿਹੜਾ ਵਾ 2025 ਦੇ ਵਿੱਚ 500,000। ਸੋ ਜਦੋਂ ਨੰਬਰ ਦੇਖਦੇ ਆ ਇੰਨੀ ਵੱਡੀ ਗਿਣਤੀ 'ਚ ਵਧਾਉਣਾ, ਇੱਕ ਉਹਨਾਂ ਲਈ ਜਿਹੜਾ ਪੋਜ਼ਿਟਿਵ ਹੈ ਕਿ ਜਦੋਂ ਅਸੀਂ ਗਿਣਤੀ ਵਧਾਉਂਦੇ ਹਾਂ ਇਹਦਾ ਮਤਲਬ ਨੰਬਰ ਆਫ ਪੀਪਲ ਜਿਹੜੇ ਚਾਹੁੰਦੇ ਆ ਕੈਨੇਡਾ ਦੀ ਇਮੀਗ੍ਰੇਸ਼ਨ ਲੈਣਾ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ। ਸੋ ਇਹ ਵਾਧਾ ਜਿਹੜਾ ਹੈਗਾ ਇਹ ਸ਼ੋਅ ਕਰਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਇਸ ਵੱਲ ਜਿਹੜੀ ਆ ਉਹ ਤਵੱਜੋ ਜਿਹੜੀ ਆ ਇਹ ਦੇ ਰਹੇ ਹਾਂ ਵੀ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਕੈਨੇਡਾ 'ਚ ਉਹ ਕਿਸ ਤਰੀਕੇ ਨਾਲ ਲਿਆਉਣਾ। ਔਰ ਤੁਸੀਂ ਵੇਟ ਲਿਸਟ ਦੀ ਗੱਲ ਕੀਤੀ, ਉਹ ਤਾਂ ਹੀ ਘਟੂਗੀ ਜੇ ਨੰਬਰ ਵਧਣਗੇ, ਠੀਕ ਹੈ ਨਾ? ਅਸੀਂ ਸਰਟਨ ਨੰਬਰ ਹੀ ਵਧਾ ਸਕਦੇ ਹਾਂ, ਉਹ ਨੰਬਰ ਦੇ ਵਿੱਚ ਰਹਿੰਦਿਆਂ ਹੋਇਆਂ ਮੈਂ ਦੇਖਦਾ, ਕਿਉਂਕਿ ਮੈਂ ਹੁਣੇ ਹੁਣੇ ਚੈੱਕ ਕੀਤਾ ਸੀ ਵੀ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਜਿਹੜੇ ਆਉਂਦੇ ਆ ਉਹ ਕੰਜ਼ਰਵੇਟਿਵ ਪਾਰਟੀ ਵੇਲੇ ਕਿੰਨੇ ਆਉਂਦੇ ਸੀ ਅਤੇ ਅੱਜ ਜਿਹੜੇ ਆ ਉਹ ਕਿੰਨੇ ਆਏ ਆ, ਉਹ ਉਦੋਂ ਡਬਲ ਨੰਬਰ ਜਿਹੜੇ ਨੇ ਉਹ ਆ ਰਹੇ ਨੇ, ਠੀਕ ਹੈ ਨਾ? ਸਪਾਊਸਲ ਕੇਸ ਮੈਂ ਦੇਖਿਆ ਵੀ ਉਹਨਾਂ ਦੀ ਵੇਟ ਲਿਸਟ ਉਦੋਂ 3-3, 4-4 ਸਾਲ ਲੱਗਦੇ ਸੀ, 13 ਮਹੀਨੇ ਅਸੀਂ ਵਾਅਦਾ ਕੀਤਾ ਸੀ ਅੱਗੇ 13 ਮਹੀਨੇ 'ਚ ਹੁੰਦਾ ਸੀ, ਹੁਣ ਵੱਧ ਕੇ ਜਿਹੜੀ ਸੀ ਕੋਵਿਡ ਦੌਰਾਨ ਜ਼ਿਆਦਾ ਚੱਲ ਗਈ, ਉਹਨੂੰ ਬੈਕ ਹੁਣ ਦੇਖ ਰਹੇ ਹਾਂ ਤਾਂ 16 ਮਹੀਨੇ 'ਤੇ ਉਹ ਆ ਗਿਆ, ਹੁਣ ਉਦੋਂ ਵੀ ਘੱਟਦੀ ਜਾ ਰਹੀ ਅਤੇ ਅਸੀਂ ਬੈਕ 13 ਮਹੀਨੇ 'ਤੇ ਉਹ ਲਿਆਉਣੇ। ਸੋ ਵਿਜ਼ਟਰ ਵੀਜ਼ੇ ਦੀ ਗੱਲ ਕਰ ਲਈਏ, ਜਿਹੜੇ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਬੁਲਾਉਣਾ ਚਾਹੁੰਦੇ, ਪਹਿਲਾਂ 6-7-8 ਮਹੀਨੇ 10 ਮਹੀਨੇ 1 ਸਾਲ ਦੀ ਵੇਟ ਹੋ ਗਈ ਸੀ, ਹੁਣ 2 ਹਫ਼ਤਿਆਂ ਦੇ ਵਿੱਚ ਜਿਹੜਾ ਵਾ ਉਹ ਇੰਡੀਆ ਤੋਂ ਜਵਾਬ ਆ ਰਿਹਾ। ਕਿਉਂ? ਕਿਉਂਕਿ ਸਾਡੀ ਜਿਹੜੇ ਆ ਨਵੇਂ ਅਸੀਂ 2500 ਵਰਕਰ ਵੀ ਹਾਇਰ ਕੀਤੇ ਆ, ਉਹਨਾਂ ਨੂੰ ਹੁਣ ਟ੍ਰੇਨਿੰਗ ਵੀ ਦਿੰਦੇ ਹਾਂ, ਟ੍ਰੇਨਿੰਗ ਨੂੰ ਵੀ ਟਾਈਮ ਲੱਗਦਾ, ਟ੍ਰੇਨਿੰਗ ਤੋਂ ਬਾਅਦ ਜਿਹੜੀ ਆ ਉਹਨਾਂ ਦੀ ਪ੍ਰੋਡਕਟਿਵਿਟੀ ਸ਼ੁਰੂ ਹੁੰਦੀ। ਸੋ ਆਉਣ ਵਾਲੇ ਸਮੇਂ 'ਚ ਜਿਵੇਂ ਨੰਬਰ ਇਨਕਰੀਜ਼ ਹੋ ਰਹੇ ਆ ਅਤੇ ਆਸ ਆ ਕਿ ਜਿਹੜਾ ਵੇਟ ਲਿਸਟ ਨੇ ਉਹ ਨੀਵੀਆਂ ਜਿਹੜੀਆਂ ਹੋਣਗੀਆਂ। ਜੀ ਧਾਲੀਵਾਲ ਸਰ, ਇੱਕ ਚੀਜ਼ ਹੋਰ ਹੈ ਕਿ ਲੋਕਾਂ ਨੂੰ ਇਸ ਚੀਜ਼ ਦੀ ਬੜੀ ਨਾਰਾਜ਼ਗੀ ਰਹਿੰਦੀ ਹੈ ਕਿ ਅਨਾਊਂਸਮੈਂਟ ਹੋਈ ਸੀ ਤਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਹੁਣ ਸਾਡੀਆਂ ਫਾਈਲਾਂ ਜਿਹੜੀਆਂ ਚੱਕੀਆਂ ਜਾਣਗੀਆਂ, ਪਰ ਕਈ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਹਜੇ ਵੀ ਪੂਲ 'ਚ ਚੱਕੀਆਂ ਨਹੀਂ ਗਈਆਂ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ PR ਵਾਲੇ ਲੋਕ ਨੇ। ਹੁਣ ਉਹ ਕੀ ਸੋਚਣ, ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਮਸਲਾ ਬਣ ਗਿਆ ਪੁਆਇੰਟਾਂ ਦਾ, ਇੰਨੇ ਹਾਈ ਪੁਆਇੰਟ ਜਿਹੜੇ ਨੇ ਉਹ ਕੀਤੇ ਹੋਏ ਨੇ ਜਿਹਦੇ ਵਿੱਚ ਆਮ ਕੈਟਾਗਰੀ ਤਾਂ ਸ਼ਾਮਿਲ ਹੀ ਨਹੀਂ ਹੋ ਪਾ ਰਹੀ, ਅਤੇ ਇੱਕ ਪਾਸੇ ਕੈਨੇਡਾ ਦੇ ਵਿੱਚ ਨੌਕਰੀਆਂ ਦੀ ਕਮੀ ਹੈ, ਕਾਮਿਆਂ ਦੀ ਲੋੜ ਹੈ, ਹਰ ਸੈਕਟਰ ਦੇ ਵਿੱਚ ਕਾਮਿਆਂ ਦੀ ਲੋੜ ਹੈ, ਅਤੇ ਦੂਜੇ ਪਾਸੇ ਲੋਕ PR ਹੀ ਨਹੀਂ ਕੀਤੇ ਜਾ ਰਹੇ, ਫਾਈਲਾਂ ਨਹੀਂ ਚੱਕੀਆਂ ਜਾ ਰਹੀਆਂ, ਤਾਂ ਫਿਰ ਕੀ ਸਰਕਾਰ ਚਾਹੁੰਦੀ ਕੀ ਹੈ, ਚੋਗਾ ਪਾਇਆ ਕਿ ਹੋ ਜਾਂਦਾ ਸਾਰਿਆਂ ਨੂੰ? ਦੇਖੋ ਇਹ ਕਹਿਣਾ ਕਿ PR ਨਹੀਂ ਹੋ ਰਹੇ ਉਹ ਵੀ ਠੀਕ ਨਹੀਂ, ਕਿਉਂਕਿ ਮੈਂ ਪਿਛਲੇ ਨੰਬਰ ਚੈੱਕ ਕੀਤੇ ਆ, ਅਸੀਂ ਹਰੇਕ ਸਾਲ ਜਿਹੜੇ ਸਾਡੇ ਪ੍ਰੋਜੈਕਟਡ ਨੰਬਰ ਸੀਗੇ ਵੀ ਅਸੀਂ ਇੰਨੇ ਇਮੀਗ੍ਰੈਂਟ ਲੈ ਕੇ ਆਉਣੇ, ਉਹ ਤੋਂ ਜ਼ਿਆਦਾ ਲਿਆਂਦੇ, ਉਦੋਂ ਘੱਟ ਨਹੀਂ ਲਿਆਂਦੇ। ਸੋ ਜਿਹੜੇ ਇਮੀਗ੍ਰੇਸ਼ਨ ਲੈਵਲਸ ਨੇ ਉਹ ਵੱਧ ਰਹੇ ਆ, ਜਿਸ ਤਰ੍ਹਾਂ ਇਸ ਸਾਲ ਮੈਂ ਕਿਹਾ 4,65,000, ਹੁਣ ਤੁਸੀਂ ਪਿਛਲੇ ਨੰਬਰ ਦੇਖ ਲਓ, ਤਿਆਰ ਕੀ ਨੰਬਰ ਤਾਂ ਵੱਧ ਰਹੇ ਆ ਅਸੀਂ, ਪਰ ਜਿਹੜੇ ਸੀਕਰ ਨੇ ਉਹ ਵੀ ਵੱਧ ਰਹੇ ਨਾ, ਠੀਕ ਹੈ ਨਾ? ਪਰ ਜੇ
ਇਹ ਕਹਿਣਾ। ਔਰ ਦੂਸਰਾ ਤੁਸੀਂ ਜਿਹੜਾ ਪੁਆਇੰਟ ਸਿਸਟਮ ਦਾ ਗੱਲ ਕੀਤੀ ਉਹ ਜਾਇਜ਼ ਹੈ ਤੁਹਾਡਾ, ਉਹਦੇ 'ਤੇ ਮੈਂ ਇਹ ਕਹਿੰਦਾ ਮੈਂ ਵੀ ਐਗਰੀ ਕਰਦਾ, ਕਿਉਂਕਿ ਪਹਿਲਾਂ ਕੀ ਸੀਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਗੀ, ਜਦੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ ਉਹਦੇ ਵਿੱਚ ਫਿਰ ਜਿਹੜੇ ਸੀਗੇ ਲੋਕਲ ਬੱਚੇ ਜਿਹਦੇ ਡਿਪਲੋਮਾ ਕੀਤਾ ਜਾਂ ਹੋਰ ਉਹ ਇੱਥੇ ਕੁਆਲੀਫਾਈ, ਔਰ ਜਿਹਦਾ ਇੱਥੇ 2 ਸਾਲ ਦਾ ਤਜਰਬਾ ਹੋ ਗਿਆ ਜਾਂ 1 ਸਾਲ ਦਾ ਤਜਰਬਾ ਉਹ ਕੁਆਲੀਫਾਈ ਕਰਦੇ। ਹੁਣ ਜਦੋਂ ਬਾਹਰੋਂ ਉਹਨੂੰ ਅਸੀਂ ਮਲਗਾਮੇਟ ਕਰਤਾ ਐਕਸਪ੍ਰੈਸ ਐਂਟਰੀ ਨੂੰ ਦੂਜੀ ਕੈਟਾਗਰੀ, ਉਹਦੇ ਵਿੱਚ ਕੀ ਹੋ ਰਿਹਾ ਬਾਹਰੋਂ ਲੋਕਾਂ ਨੇ PhD MBA ਡਾਕਟਰੀ ਇੰਜੀਨੀਅਰਿੰਗ ਉਹ ਕੀਤੀਆਂ ਔਰ ਨਾਲ 5-5, 10-10 ਸਾਲ ਦਾ ਐਕਸਪੀਰੀਅੰਸ ਵੀ, ਉਹ ਪੱਕੇ ਹੋ ਉਹਨਾਂ ਨੂੰ ਉਹਦੇ ਵਿੱਚ, ਇਸ ਕਰਕੇ ਜਿਹੜਾ ਪੁਆਇੰਟ ਸਿਸਟਮ ਉਹ ਜ਼ਿਆਦਾ ਚਲੇ ਗਿਆ। ਮੈਂ ਉਹਦੇ ਹੱਕ 'ਚ ਨਹੀਂ, ਮੈਂ ਮੰਤਰੀ ਜੀ ਨੂੰ ਵੀ ਕਿਹਾ ਵੀ ਮੈਂ ਇਹ ਚਾਹੁੰਦਾ ਕਿ ਜਿਹੜੀ ਐਕਸਪ੍ਰੈਸ ਐਂਟਰੀ 2 ਸਟ੍ਰੀਮਸ ਹੋਣ, ਇੱਕ ਬਾਹਰਲੀ ਸਟ੍ਰੀਮ ਹੋਵੇ ਕਦੇ ਕਦਾਈਂ ਉਹ ਕੱਢ ਦਿਓ, ਕਿਉਂਕਿ ਅਸੀਂ ਇੱਕ ਪਾਸੇ ਤਾਂ ਕਹਿੰਦੇ ਜੀ ਬਾਹਰੋਂ PhD ਡਾਕਟਰਸ ਇੰਜੀਨੀਅਰਸ ਆ ਗਏ, ਦੂਸਰਾ ਫਿਰ ਉਹ ਆ ਕੇ ਬਹੁਤ ਸਾਰੇ ਕੇਸ ਐਸੇ ਦੇਖੇ ਆ ਇੱਥੇ ਆਪਣੇ ਬੱਚਿਆਂ ਨੂੰ ਛੱਡਦੇ ਨੇ ਆਪ ਵਾਪਸ ਚਲੇ ਜਾਂਦੇ ਨੇ। ਸੋ ਉਸ ਨੂੰ ਮੱਦੇਨਜ਼ਰ ਰੱਖਦਿਆਂ ਇਹ ਤੁਹਾਡਾ ਜਾਇਜ਼ ਪੁਆਇੰਟ ਆ, ਮੈਂ ਮੰਤਰੀ ਥਾਈ ਫਿਰ ਇਹ ਸੁਨੇਹਾ ਤੁਹਾਡਾ ਜਿਹੜਾ ਉਹ ਲੈ ਕੇ ਜਾਊਂ ਜੀ। ਅੱਗੇ ਬੈਕਲੋਗ ਜਿਹੜਾ ਉਹ ਕਦੋਂ ਤੱਕ ਖਤਮ ਹੋਣ ਦੀ ਉਮੀਦ? ਬੈਕਲੋਗ ਤਾਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ ਅਸੀਂ ਅੰਡਰ ਕੰਟਰੋਲ ਹੈਗਾ ਇਸ ਵੇਲੇ, ਚਾਹੇ ਉਹ ਸਪਾਊਸਲ ਕੇਸਿਸ ਲਾ ਲਓ, ਉਹਦੇ ਜਿਹੜੀ ਹੈਗੀ ਆ ਉਹ ਆਲਮੋਸਟ ਅਸੀਂ 13 ਮੰਥ ਜਿਹੜੇ ਨੇ ਉਹ ਅਸੀਂ ਛੇਤੀ ਅਚੀਵ ਕਰ ਲੈਣੇ ਆ। ਵਿਜ਼ਟਰ ਵੀਜ਼ਾ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਪਹਿਲਾਂ ਬੈਕਲੋਗ ਸੀ, ਉਹਨੂੰ ਅਸੀਂ ਜਿਹੜਾ ਹੈਗਾ ਇਸ ਵੇਲੇ 2 ਹਫ਼ਤੇ ਦੇ ਵਿੱਚ ਜੋ ਜਵਾਬ ਆਉਣਾ ਸ਼ੁਰੂ ਹੋ ਗਿਆ। ਸੋ ਹਰ ਇੱਕ ਫੀਲਡ ਦੇ ਵਿੱਚ ਜਦੋਂ ਅਸੀਂ ਦੇਖਦੇ, ਕਿਉਂਕਿ ਜਦੋਂ ਨੰਬਰ ਹੀ ਵੱਧ ਗਏ, ਹੁਣ 4,65,000 ਹੋ ਗਿਆ, ਸੋ ਇਟ ਮੀਨਸ ਕਿ ਉਹ ਜਿਹੜੇ ਨੰਬਰ ਵਧੇ ਨੇ ਉਹ ਬੈਕਲੋਗ ਨੂੰ ਕੰਟਰੋਲ ਕਰਨ ਲਈ, ਔਰ ਦੂਸਰਾ ਜਿਹੜਾ 2500 ਇੰਪਲੋਈ ਹਾਇਰ ਕੀਤੇ ਆ ਉਹ ਇਸੇ ਕਰਕੇ। ਪਰ ਇੱਕ ਚੀਜ਼ ਮੈਂ ਦੱਸ ਦਿਆਂ, ਉਹ ਦੇਖਣ ਨੂੰ ਹੁਣ ਬੈਕਲੋਗ ਲੱਗ ਰਿਹਾ, ਆਰਟੀਫਿਸ਼ਲੀ ਜਿਹੜਾ ਵਾ ਨਾ ਪੁਰਾਣਾ ਬੈਕਲੋਗ ਤਾਂ ਇਹ ਕੰਜਰਵੇਟਿਵ ਕ੍ਰੀਏਟ ਕਰਕੇ ਗਏ ਸੀ, ਕਿਉਂਕਿ ਉਹਨਾਂ ਨੇ ਬੰਦ ਹੀ ਕਰ ਦਿੱਤਾ ਸੀ, ਠੀਕ ਹੈ ਨਾ। ਹੁਣ ਅਸੀਂ ਜਿਹੜਾ ਹੈਗਾ ਪਿਛਲੇ 7 ਸਾਲਾਂ 'ਚ ਉਹਨੂੰ ਜਿਹੜਾ ਹੈਗਾ ਉਹ ਕਲੀਨ ਸਿਸਟਮ ਨੂੰ ਕੀਤਾ ਔਰ ਹੋਰ ਅੱਗੇ ਇੰਪਰੂਵ ਜਿਹੜਾ ਉਹ ਕਰ ਰਹੇ ਹਾਂ। ਐਕਸਪ੍ਰੈਸ ਐਂਟਰੀ ਜਿਹੜੀ ਹੈਗੀ ਆ ਉਹ ਡਜਨਟ ਮੈਟਰ, ਚਾਹੇ ਤੁਸੀਂ ਲੋਕਲੀ ਇੱਥੇ ਦਾ ਤੁਹਾਡਾ ਤਜਰਬਾ, ਚਾਹੇ ਉਹ ਬਾਹਰਲਾ ਤਜਰਬਾ, ਉਹ ਮੈਨੂੰ ਲੱਗਦਾ ਇੱਕੋ ਪੂਲ 'ਚ ਪਾ ਤੇ ਗਏ ਆ, ਉਹ ਉਹਨਾਂ ਦਾ ਕੁਐਸਚਨ ਆ। ਉਹਦੇ ਵਿੱਚੋਂ ਮੈਂ ਉਹਨੂੰ ਸੈਪਰੇਟ ਕਰਾਉਣ 'ਚ ਮੇਰਾ ਤਾਂ ਯਤਨ ਆ, ਸਟੂਡੈਂਟਸ ਵੀ ਵੱਡਾ ਰੋਲ ਅਦਾ ਕਰ ਸਕਦੇ, ਉਹ ਐਕਚੁਅਲੀ ਮੰਤਰੀ ਜੀ ਨੂੰ ਲਿਖਣ। ਜੇ ਉਹ ਮੰਤਰੀ ਜੀ ਨੂੰ ਕਹਿੰਦੇ ਆ ਤਾਂ ਜਦੋਂ ਮੰਤਰੀ ਨੂੰ ਕਹਿਣਗੇ ਤਾਂ ਉਹ ਜੂ ਜਿਹੜੀ ਆ ਉਹ ਵਾਕਈ ਅਸੀਂ ਤਾਂ ਕਹਿਣਾ ਹੀ ਕਹਿਣਾ, ਉਹ ਜਦੋਂ ਗਰਾਊਂਡ ਤੋਂ ਆਵਾਜ਼ ਉੱਠਦੀ ਆ ਤਾਂ ਉਹਦੀ ਵੀ ਜਿਹੜੀ ਆ ਇੱਕ ਵੱਡੀ ਜਿਹੜੀ ਗੱਲ ਬਣ ਸਕਦੀ। ਅਤੇ ਮੇਰੇ ਹਿਸਾਬ ਦੇ ਨਾਲ ਇਹ ਜਿਹੜੇ ਬੱਚੇ ਹੈਗੇ ਨੇ, ਕਿਉਂਕਿ ਸੋਸ਼ਲ ਮੀਡੀਆ 'ਚ ਵੀ ਕਾਮਯਾਬ ਨੇ, ਈਮੇਲ ਲਿਖਣ 'ਚ ਕਾਮਯਾਬ ਨੇ, ਇੱਕ ਸਿਰਫ ਈਮੇਲ ਲਿਖਣੀ, ਮੰਤਰੀ ਦਾ ਈਮੇਲ ਐਡਰੈਸ ਲੈ ਕੇ ਉਹਦੇ 'ਤੇ ਈਮੇਲ ਪਾਓ ਵੀ ਜਿਹੜਾ ਇਹ ਐਕਸਪ੍ਰੈਸ ਐਂਟਰੀ ਸਿਸਟਮ ਹੈਗਾ ਇਹਨੂੰ ਸਪਲਿਟ ਕੀਤਾ ਜਾਵੇ, ਇਹਦੇ ਵਿੱਚ ਜਿਹੜਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਅੱਡ ਹੋਣੀ ਚਾਹੀਦੀ ਆ, ਦੂਸਰੀ ਅੱਡ ਹੋਣੀ ਚਾਹੀਦੀ, ਤਾਂ ਹੀ ਜਿਹੜਾ ਹੈਗਾ ਇਹ ਬੱਚੇ ਜਿਹੜੇ ਨੇ ਸਾਡੇ ਉਹ ਪੱਕੇ ਹੋ ਸਕਦੇ। ਮੈਂ ਇਹਨਾਂ ਦੇ ਹੱਕ 'ਚ ਹਾਂ, ਮੈਂ ਤਾਂ ਇਹੀ ਕਹਿੰਦਾ ਅੱਜ ਪਬਲਿਕਲੀ ਵੀ ਕਹਿ ਰਿਹਾ ਔਰ ਮੰਤਰੀ ਜੀ ਨੂੰ ਵੀ ਇਹੀ ਕਹੂੰ, ਤੁਹਾਡਾ ਸੁਨੇਹਾ ਲੈ ਕੇ ਜਾਊਂਗਾ ਵੀ ਜਿਹੜੇ ਐਕਸਪ੍ਰੈਸ ਐਂਟਰੀ ਹੈਗੀ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਅੱਡ ਕਰੋ, ਬਾਹਰਲੇ ਲਈ ਅੱਡ ਕਰੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।